ਬਿਸਮਿਲ੍ਲਾਹਿ ਰਹਿਮਾਨ ਰਹੀਮ। ਕੀ ਹਾਲ ਮੇਰੇ ਭੈਣਾਂ ਅਤੇ ਭਾਈਆਂ ਦਾ? ਉਮੀਦ ਕਰਨਾ ਤੁਸੀਂ ਠੀਕ ਹੋਵੋਗੇ। ਅੱਲਾਹ ਇਜ਼ਾਤ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਔਰ ਰਸਤੇ ਮੁਸਕਰਾਉਂਦੇ ਰਹੋ। ਮੇਰੇ ਚੈਨਲ ਦਾ ਨਾਮ ਹੈ ਸੁਹੇਲ ਜੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਵੀਡੀਓ ਲਾਈਕ ਔਰ ਸ਼ੇਅਰ ਕਰ ਦੇਣਾ, ਬੈੱਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੇ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਅਤੇ ਅਸੀਂ ਪ੍ਰੋਗਰਾਮ ਬਣਾਇਆ ਕਿ ਪਕੌੜੇ ਬਣਾ ਲਈਏ, ਤੁਹਾਨੂੰ ਦਿਖਾਉਂਦੇ ਹਾਂ। ਘੋੜਿਆਂ ਵਾਸਤੇ ਆਲੂ ਮੈਂ ਕੱਟ ਲਏ ਨੇ। ਘੋੜਿਆਂ ਵਾਸਤੇ ਪਿਆਜ਼ ਮੈਂ ਕੱਟ ਰਿਹਾ। ਸਬਜ਼ ਮਿਰਚਾਂ ਨੇ ਉਹਨੂੰ ਕੱਟ ਲਵਾਂਗਾ ਅਤੇ ਪਿਆਜ਼ ਵੀ ਕੱਟ ਲੈਂਦੇ, ਆਲੂ ਨੇ ਪਾਲਕ ਮੈਂ ਕੱਟ ਲਈ। ਹੁਣ ਮਸਾਲੇ ਸਾਰੇ ਰੈਡੀ ਹੋ ਗਏ ਨੇ, ਪਿਆਜ਼ ਪਾਵਾਂਗਾ। ਪਾਲਕ ਧਨੀਆ ਗਰਮ ਮਸਾਲਾ ਪਾਇਆ। ਤਕਰੀਬਨ ਡੇਢ ਚਮਚ ਜਿਹੜਾ ਸੁੱਕੇ ਧਨੀਆ ਦਾ ਹੋ ਜਾਏਗਾ। ਮਸਾਲੇ ਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ।
एक चम्मच में मर्च पाई छोटा, मैं बेसन है मिक्स कर लिया। थोड़ा जिना पानी पावांगा, सारा पकौड़े का मैं रेडी कर लिया, सारा तैयार हो गया, उन्होंने बनावांगे। अग जल गई, पकौड़े साढ़े निकल रहे हैं, सही बन रहे हैं पकौड़े।
ਪਕੌੜੇ ਸਾਡੇ ਰੈਡੀ ਹੋ ਗਏ ਨੇ, ਪਕੌੜੇ ਖਾਧੇ ਨੇ, ਚੈੱਕ ਕੀਤੇ ਨੇ, ਬਹੁਤ ਹੀ ਟੇਸਟੀ ਬਣੇ ਨੇ। ਅਤੇ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਅਸਲਾਮ ਅਲੈਕੁਮ। ਸ਼ੁਕਰੀਆ।